If you see somebody out there seeking out for equality, give them a high five. Because those people are really working for their nation. This is me, the delegate of India, representing Serbia, signing off. ਇਹ ਹੈ ਮੋਗਾ ਦੀ ਰਹਿਣ ਵਾਲੀ 18 ਸਾਲਾ ਇੰਦਰਪ੍ਰੀਤ ਕੌਰ ਜਿਸ ਨੇ ਤੁਰਕੀ ਦੇਸ਼ ਚ ਭਾਰਤ ਦੇਸ਼ ਦਾ ਨਾਂ ਚਮਕਾਇਆ ਹੈ। ਇਸਨੇ ਪਿਛਲੇ ਦਿਨੀ ਤੁਰਕੀ ਚ ਹੋਏ ਸਟੈਂਡਿੰਗ ਡਿਪਲੋਮੇਟਸ ਅਵਾਰਡ ਚ ਆਊਟਸਟੈਂਡਿੰਗ ਡਿਪਲੋਮੇਟਸ ਅਵਾਰਡ ਪ੍ਰਾਪਤ ਕੀਤਾ, ਜਿਸ ਤੋਂ ਬਾਅਦ ਪਰਿਵਾਰ ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਮੂੰਹ ਮਿੱਠਾ ਵੀ ਕਰਵਾਇਆ ਗਿਆ। ਇੰਦਰਪ੍ਰੀਤ ਨੇ ਕਿਹਾ ਕਿ ਚੁਣੌਤੀਆਂ ਵੀ ਬਹੁਤ ਸਨ, ਦੇਸ਼ ਵੀ ਨਵਾਂ ਸੀ ਅਤੇ ਉਹਨਾਂ ਦੀ ਭਾਸ਼ਾ ਵੀ ਨਹੀਂ ਸੀ ਆਉਂਦੀ, ਪਰ ਉਸਨੇ ਮਿਹਨਤ ਕੀਤੀ ਅਤੇ ਗੂਗਲ ਟਰਾਂਸਲੇਟ ਦਾ ਸਹਾਰਾ ਵੀ ਲਿਆ ਅਤੇ ਉਹ ਇਸ ਮੁਕਾਮ ਤੇ ਪਹੁੰਚੀ ਹੈ। ਇਸ ਮੌਕੇ ਇੰਦਰਪ੍ਰੀਤ ਦਾ ਕਹਿਣਾ ਹੈ ਕਿ ਇਸ ਕਾਮਯਾਬੀ ਦਾ ਸਿਹਰਾ ਆਪਣੇ ਅਧਿਆਪਕਾਂ ਅਤੇ ਮਾਪਿਆਂ ਨੂੰ ਦਿੰਦੀ ਹੈ। ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ, ਕਾਫੀ ਖੁਸ਼ੀ ਹੋ ਰਹੀ ਹੈ ਕਿ ਮੈਂ ਅੱਜ ਆਪਦੇ ਦੇਸ਼ ਨੂੰ ਰਿਪ੍ਰੈਜ਼ੈਂਟ ਕਰ ਪਾਈ ਬਾਹਰ ਜਾ ਕੇ ਕਿਸੇ ਨਵੇਂ ਮੁਲਕ ਦੇ ਅੰਦਰ, ਜਿੱਥੋਂ ਦੀ ਮੈਨੂੰ ਨਾ ਭਾਸ਼ਾ ਨਾ ਵਿਚਰਨ ਦਾ ਪਤਾ ਸੀ ਕੁਛ ਵੀ। ਘਰ ਦੇ ਵਿੱਚ ਅੱਜ ਖੁਸ਼ੀ ਦਾ ਮਾਹੌਲ ਹੈ, ਲੋਕ ਵੀ ਵਧਾਈਆਂ ਦੇਣ ਲਈ ਪਹੁੰਚ ਰਹੇ ਹੈ। ਬਹੁਤ ਵਧੀਆ ਲੱਗ ਰਿਹਾ ਹੈ, ਬਾਕੀ ਮਿਹਨਤ ਦਾ ਮੁੱਲ ਮਿਲ ਗਿਆ, ਇਹੀ ਕਹੂੰਗੀ ਮੈਂ। ਕਦੇ ਮਨ ਦੇ ਵਿੱਚ ਖਿਆਲ ਆਇਆ ਸੀਗਾ ਵੀ ਇਸ ਮੁਕਾਮ ਤੇ ਪਹੁੰਚੋਗੇ? ਏਦਾਂ ਨਹੀਂ ਸੀ ਕਿ ਇੰਨਾ ਉੱਚਾ ਜਾ ਪਾਉਂਗੀ, ਪਰ ਮੈਂ ਮਿਹਨਤ ਹਮੇਸ਼ਾ ਕੀਤੀ ਹੈ ਵੀ ਆਪਦੇ ਕਮਿਊਨੀਕੇਸ਼ਨ ਸਕਿੱਲਸ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਹਰਦਮ ਕੀਤੀ ਹੈ। ਬੈਸਟ ਡਿਪਲੋਮੈਟਸ ਟਰਕੀ ਦੇ ਅੰਦਰ ਹੋਈ ਹੈ, ਵੈਸੇ ਤਾਂ ਇਹ ਨਿਊਯਾਰਕ ਦੀ ਆਰਗੇਨਾਈਜੇਸ਼ਨ ਹੈ। ਇਹਦੇ ਅੰਦਰ 62 ਕੰਟਰੀਜ਼ ਨੇ ਪਾਰਟ ਲਿਆ ਸੀ ਤੇ ਉਹਦੇ ਅੰਦਰ 117 ਡੈਲੀਗੇਟ ਸੀਗੇ। ਇਸ ਦੇ ਅੰਦਰ ਅਸੀਂ ਨੈਗੋਸੀਏਸ਼ਨ, ਲੀਡਰਸ਼ਿਪ ਸਕਿੱਲਸ, ਡਿਬੇਟ ਸਕਿੱਲਸ ਦਿਖਾਉਣੇ ਸੀ ਆਪਣੇ, ਤੇ ਮੈਂ ਤਾਂ ਆਪਣਾ ਬੈਸਟ ਦਿੱਤਾ ਸੀ ਤੇ ਮੈਨੂੰ ਆਊਟਸਟੈਂਡਿੰਗ ਡਿਪਲੋਮੈਟ ਅਵਾਰਡ ਮਿਲਿਆ ਤੇ ਮੈਨੂੰ ਬਹੁਤ ਖੁਸ਼ੀ ਹੋਈ। ਦੇਖੋ, ਜੇ ਮੈਂ ਉੱਥੇ ਸਰਵਾਈਵ ਕੀਤਾ ਤਾਂ ਗੂਗਲ ਟਰਾਂਸਲੇਟਰ ਦੇ ਸਹਾਰੇ ਸਰਵਾਈਵ ਕੀਤਾ, ਕਿਉਂਕਿ ਟਰਕਿਸ਼ ਨਹੀਂ ਆਉਂਦੀ ਸੀ, ਉੱਥੋਂ ਦੇ ਲੋਕਾਂ ਨੂੰ ਇੰਗਲਿਸ਼ ਵੀ ਘੱਟ ਆਉਂਦੀ ਸੀਗੀ, ਪਰ ਜਿਨ੍ਹਾਂ ਨੂੰ ਇੰਗਲਿਸ਼ ਆਉਂਦੀ ਸੀ ਤਾਂ ਕਾਫੀ ਵਧੀਆ ਮੈਨੇਜ ਹੋ ਗਿਆ ਸੀ। ਬਹੁਤ ਵਧੀਆ ਹੁੰਦਾ ਤਾਂ ਕੁਛ ਨਾ ਕੁਛ ਮਾੜਾ ਵੀ ਹੋਣਾ ਹੀ ਹੁੰਦਾ, ਉਹ ਬੈਲੈਂਸ ਹੋ ਗਿਆ, ਕੋਈ ਐਡੀ ਵੱਡੀ ਗੱਲ ਨਹੀਂ ਹੈ। ਸਿਰਾ ਕਿਹਦੇ ਸਿਰ ਜਾਂਦਾ ਇਹਦਾ? ਮੇਰੇ ਪੇਰੈਂਟਸ ਦੇ, ਟੀਚਰਸ ਦੇ, ਸਪੈਸ਼ਲੀ ਮੇਰੇ ਟੀਚਰ ਜਸਕਰਨ ਸਰ, ਮੇਰੇ ਪਾਪਾ। ਬਹੁਤ ਖੁਸ਼ੀ ਹੋ ਰਹੀ ਹੈ ਕਿ ਉਹਨਾਂ ਦੇ ਮੂੰਹੋਂ ਇਹ ਸ਼ਬਦ ਨਿਕਲੇ, ਮੈਨੂੰ ਸੁਣਨ ਨੂੰ ਮਿਲੇ, ਕਿ ਮੈਂ ਆਪਦੇ ਭਰਾਵਾਂ ਨਾਲੋਂ ਵੀ ਜ਼ਿਆਦਾ ਕਰ ਪਾਈ ਆਪਦੇ ਪੇਰੈਂਟਸ ਦਾ। ਜ਼ਿਆਦਾਤਰ ਦੇਖਿਆ ਜਾਂਦਾ ਕਿ ਲੋਕ ਹੈ ਧੀਆਂ ਨੂੰ ਪਿੱਛੇ ਛੱਡ ਦਿੰਦੇ ਹੈ, ਤੁਸੀਂ ਇਸ ਮੁਕਾਮ ਤੇ ਪਹੁੰਚੇ ਹੋ, ਕੀ ਸੁਨੇਹਾ ਦਿਓਗੇ ਉਹਨਾਂ ਲੋਕਾਂ ਨੂੰ ਜਿਹੜੇ ਧੀਆਂ ਨੂੰ ਵੀ ਪਿੱਛੇ ਛੱਡਦੇ ਹੈ? ਦੇਖੋ, ਧੀਆਂ ਨੂੰ, ਔਰਤਾਂ ਨੂੰ ਪਿੱਛੇ ਛੱਡ ਕੇ ਦੇਸ਼ ਅੱਗੇ ਵਧਾਇਆ ਨਹੀਂ ਜਾ ਸਕਦਾ, ਤਾਂ ਪਲੀਜ਼ ਉਹਨਾਂ ਨੂੰ ਵੀ ਉਨੇ ਹੀ ਮੌਕੇ ਦਿਓ ਕਿ ਉਹ ਅੱਗੇ ਆ ਪਾਉਣ, ਆਪਦੇ ਦੇਸ਼ ਲਈ, ਆਪਦੇ ਪੇਰੈਂਟਸ ਲਈ, ਆਪਦੇ ਸਮਾਜ ਲਈ ਬਹੁਤ ਕੁਛ ਕਰ ਪਾਉਣ। ਅੱਗੇ ਕੀ ਬਣਨ ਦਾ ਸੁਪਨਾ ਸੋਚਿਆ? ਮੈਂ ਇੱਕ ਲੀਡਰ ਬਣਨਾ ਚਾਹੁੰਦੀ ਹਾਂ। ਇੱਕ ਲੀਡਰ ਕੁਛ ਵੀ ਹੋ ਸਕਦਾ ਹੈ, ਇੱਕ ਲੀਡਰ ਐਜ਼ ਅ ਪੋਲੀਟੀਸ਼ੀਅਨ, ਐਜ਼ ਅ ਕਨਸਟੀਟਿਊਸ਼ਨ ਮੈਂਬਰ, ਐਜ਼ ਅ ਬ੍ਰਾਂਡ ਐਂਬੈਸਡਰ, ਕੁਛ ਵੀ, ਐਜ਼ ਅ ਲੀਡਰ। ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਅੱਜ? ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ, ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਕਿ ਸੱਚੀ ਹੋਇਆ ਵੈ ਕਿ ਸਾਡੀ ਬੇਟੀ ਨੇ ਦੇਸ਼ ਦੀ ਜਾ ਕੇ ਪ੍ਰਤੀਨਿਧਤਾ ਕੀਤੀ ਆ ਤੁਰਕੀ ਦੇ ਵਿੱਚ, ਔਰ ਇੱਕ ਵਧੀਆ ਜਿਹੜਾ ਮੁਕਾਮ ਹਾਸਲ ਕਰਕੇ ਆਈ ਹੈ, ਔਰ ਇਹਨੂੰ ਆਊਟਸਟੈਂਡਿੰਗ ਡਿਪਲੋਮੈਟ ਦਾ ਅਵਾਰਡ ਉੱਥੇ ਦਿੱਤਾ ਗਿਆ, ਬਹੁਤ ਵਧੀਆ ਲੱਗ ਰਿਹਾ। ਛੋਟੀ ਉਮਰ 'ਚ ਇੰਨੀ ਵੱਡੀ ਪ੍ਰਾਪਤੀ, ਮੈਨੂੰ ਲੱਗਦਾ ਕਿ ਜਦੋਂ ਬੱਚਾ ਛੋਟਾ ਹੁੰਦਾ ਵਾ ਤਾਂ ਅਸੀਂ ਉਹਨੂੰ ਵੱਡੀਆਂ ਗੱਲਾਂ ਦੱਸਣੀਆਂ ਸ਼ੁਰੂ ਕਰ ਦਈਏ ਤਾਂ ਸ਼ਾਇਦ ਉਹ ਉਮਰ ਤੋਂ ਪਹਿਲਾਂ ਮੈਚਿਓਰ ਹੋ ਜਾਂਦਾ, ਤਾਂ ਇਹਦੇ ਵਿੱਚ ਇਹ ਕੁਆਲਿਟੀ ਹੈਗੀ ਆ। ਮਹਿਜ 18 ਸਾਲ ਦੀ ਉਮਰ ਦੇ ਵਿੱਚ ਇਸ ਮੁਕਾਮ 'ਤੇ ਪਹੁੰਚਣਾ, ਤਾਂ ਮੈਨੂੰ ਲੱਗਦਾ ਕਿ ਇਹ ਪਰਮਾਤਮਾ ਦੀ ਵੀ ਬਹੁਤ ਵੱਡੀ ਇੱਕ ਕਿਰਪਾ ਹੋ ਸਕਦੀ ਹੈ। ਮੈਨੂੰ ਲੱਗਦਾ ਕਿ ਲੜਕੀਆਂ ਨੂੰ ਵੀ ਬਰਾਬਰ ਦੇ ਮੌਕੇ ਦੇਣੇ ਚਾਹੀਦੇ ਆ, ਔਰ ਇਹ ਮੌਕਾ ਮਿਲਿਆ ਸੀਗਾ ਇਹਨੂੰ, ਉੱਥੋਂ ਇਨਵੀਟੇਸ਼ਨ ਆਇਆ ਔਰ ਸੱਦਾ ਪੱਤਰ ਜਦੋਂ ਆ ਜਾਂਦਾ ਤਾਂ ਮੈਨੂੰ ਲੱਗਦਾ ਸੀਗਾ ਕਿ ਹੁਣ ਸਾਨੂੰ ਇਹ ਪਰਸਿਊ ਕਰਨਾ ਚਾਹੀਦਾ, ਔਰ ਵੀਜ਼ਾ ਲੱਗ ਗਿਆ, ਤੁਰਕੀ ਜਾਣਾ ਸੀਗਾ, ਮੈਨੂੰ ਲੱਗਿਆ ਕਿ ਨਹੀਂ ਇਹਨੂੰ ਇਕੱਲੀ ਨੂੰ ਹੀ ਭੇਜਣਾ ਚਾਹੀਦਾ, ਬੱਚੇ ਦੇ ਵਿੱਚ ਹੋਰ ਕੌਨਫੀਡੈਂਸ ਜਿਹੜਾ ਉਹ ਆਏਗਾ, ਤਾਂ ਉਵੇਂ ਹੀ ਹੋਇਆ ਵਾ, ਔਰ ਜਿੱਤ ਕੇ ਆਈ ਹੈ, ਉੱਥੋਂ ਇਨਾਮ ਹਾਸਲ ਕਰਕੇ ਆਈ ਹੈ, ਸਾਡੇ ਲਈ ਬਹੁਤ ਵੱਡੀ ਮਾਣ ਦੀ ਗੱਲ। ਨਹੀਂ ਦੇਖੋ, ਯੋਗਦਾਨ ਤਾਂ ਹੁੰਦਾ ਹੀ ਆ ਮਾਪਿਆਂ ਦਾ, ਆਪਾਂ ਪਾਲਦੇ ਪੋਸਦੇ ਹਾਂ, ਬੱਚੇ ਨੂੰ ਵੱਡਾ ਕਰਦੇ ਹਾਂ, ਉਹਨੂੰ ਚੰਗੀਆਂ ਆਦਤਾਂ ਸਿਖਾਉਂਦੇ ਹਾਂ, ਤਾਂ ਨਾਲ ਦੀ ਨਾਲ ਮੈਨੂੰ ਲੱਗਦਾ ਕਿ ਇਹਦੇ ਸਕੂਲ ਦਾ ਵੀ ਬਹੁਤ ਵੱਡਾ ਯੋਗਦਾਨ ਹੈ, ਟੀਚਰਸ ਦਾ ਵੀ ਆ, ਸਾਡੇ ਆਂਢ ਗੁਆਂਢ ਦਾ, ਸਾਡੇ ਰਿਸ਼ਤੇਦਾਰਾਂ ਦਾ, ਜਿਹੜੇ ਇਹਨੂੰ ਮਾਣ ਦਿੰਦੇ ਆ ਜਾਂ ਇਹਨੂੰ ਅਸੀਂ ਐਂ ਹੀ ਸਮਝਦੇ ਹਾਂ ਕਿ ਸਾਡਾ ਬੇਟਾ। ਕੀ ਸੁਨੇਹਾ ਕੀ ਹੈ ਆਮ ਲੋਕਾਂ ਲਈ?
मैं यही अपील करनी चाहूँगा कि धियां नूं भी बराबर दे मौके देने चाहिए है ता जो अगे वध सकन अपने देश दा अपने कौम दा नाम रोशन कर सकन। तुर्की चोहे बेस्ट डिप्लोमेट्स अवार्ड च करीब 62 देशों वालों भाग लिया गया सी जिस विच 117 डेलीगेट्स ने हिस्सा लिया जिस विच मोगा दी 18 साल इंदरप्रीत कौर नूं आउटस्टैंडिंग डिप्लोमेट अवार्ड हासिल होया। इस तों बाद सारा परिवार खुशी च फुलिया नहीं समा रहा। मोगा तो विपिन ओंकारा की रिपोर्ट जगबाणी टीवी।